ਦੇ ਰਹੇ ਸੀ ਕਿ ਇਹ ਸਾਰੇ ਪ੍ਰੋਮਿਸ ਨਿਭਾਓਗੇ ਜੀ ਬੋਲਿਓ ਤੁਸੀਂ ਪ੍ਰੋਮਿਸ ਕੀਤਾ ਕਿ ਅਸੀਂ ਕਰੀਅਰ ਬਣਾਵਾਂਗੇ ਅਸੀਂ ਕਦੇ ਬੰਕ ਨਹੀਂ ਕਰਾਂਗੇ ਪੜ੍ਹਾਈ ਵੱਲ ਧਿਆਨ ਦੇਵਾਂਗੇ ਕਾਲਜ ਆ ਕੇ ਵੀ ਧਿਆਨ ਰੱਖਾਂਗੇ ਇਹ ਪ੍ਰੋਮਿਸ ਨਿਭਾਓਗੇ ਤੁਸੀਂ ਜ਼ਿੰਦਗੀ 'ਚ ਕਦੇ ਡਰੱਗਸ ਨਹੀਂ ਲਓਗੇ ਇਹ ਪ੍ਰੋਮਿਸ ਨਿਭਾਓਗੇ ਤੁਸੀਂ ਕਿਹਾ ਕਿ ਅਸੀਂ ਹਿਸਟੋਰੀਕਲ ਛੱਡ ਕੇ ਬਾਕੀ ਸੀਰੀਅਲ ਨਹੀਂ ਵੇਖਾਂਗੇ ਇਹ ਪ੍ਰੋਮਿਸ ਨਿਭਾਓਗੇ ਤੁਸੀਂ ਕਿਹਾ ਸੀ ਨਾ ਰਿਸ਼ਵਤ ਦੇਵਾਂਗੇ ਨਾ ਲਵਾਂਗੇ ਇਹ ਪ੍ਰੋਮਿਸ ਨਿਭਾਓਗੇ ਸਾਰੇ ਨਿਭਾਓਗੇ ਇਹ ਤਾਂ ਬ੍ਰੇਕਿੰਗ ਨਿਊਜ਼ ਹੋ ਗਈ ਪ੍ਰਧਾਨ ਮੰਤਰੀ ਜੀ ਨੂੰ ਖੁਸ਼ਖਬਰੀ ਭੇਜੀ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਗੁੱਡ ਨਿਊਜ਼ ਚੰਗੇ ਦਿਨ ਆ ਰਹੇ ਨੇ ਚੰਗੇ ਦਿਨ ਇਹ ਸਾਰੇ ਪ੍ਰੋਮਿਸ ਨਿਭਾ ਦਿਓ ਤੇ ਬੱਚਿਓ ਦੁਨੀਆ ਦੀ ਕੋਈ ਵੀ ਤਾਕਤ ਚੰਗੇ ਦਿਨਾਂ ਨੂੰ ਰੋਕ ਨਹੀਂ ਸਕਦੀ ਅੱਛਾ ਇੱਕ ਤੁਹਾਨੂੰ ਪਤਾ ਵੀ ਹੁਣ ਤੁਸੀਂ ਤੇ ਪ੍ਰੋਮਿਸ ਕਰ ਰਹੇ ਹੋ ਕਿ ਅਸੀਂ ਡਰੱਗਸ ਨਹੀਂ ਲਵਾਂਗੇ ਚਿੱਟੇ ਵਾਲੇ ਭਜਾਵਾਂਗੇ ਹੈਨਾ ਡਰਿੰਕ ਨਹੀਂ ਕਰਾਂਗੇ ਤੁਹਾਨੂੰ ਪਤਾ ਹੁਣ ਪੰਚਾਇਤ ਚੋਣਾਂ ਆ ਰਹੀਆਂ ਨੇ ਪਤਾ ਲੱਗ ਗਿਆ ਤੇ ਫਿਰ ਸਾਡੀ ਤੁਹਾਨੂੰ ਪਤਾ ਵੀ ਵੋਟਾਂ ਵਾਲੇ ਵੋਟ ਮੰਗਣ ਆਣਗੇ ਤੁਹਾਨੂੰ ਪਤਾ ਕਈ ਸ਼ਰਾਬ ਦੀਆਂ ਬੋਤਲਾਂ ਦਾ ਲਾਲਚ ਦੇ ਕੇ ਵੋਟਾਂ ਬੋਤਲਾਂ ਖਰੀਦਣਗੇ ਤੁਹਾਡੀ ਵੋਟ ਬਣੀ ਹੈ ਹਾਂਜੀ ਤੁਹਾਡੇ ਮੰਮੀ ਪਾਪਾ ਦੀ ਬਣੀ ਹੈ ਤੇ ਮੰਮੀ ਪਾਪਾ ਨੂੰ ਜਾ ਕੇ ਇੱਕ ਅਪੀਲ ਕਰੋਗੇ ਕਹੋਗੇ ਪਾਪਾ ਜੀ ਮੰਮਾ ਜੀ ਸਾਡੇ ਸੁਨਹਿਰੀ ਭਵਿੱਖ ਦੀ ਖਾਤਰ ਨਸ਼ੇ ਵੰਡਣ ਵਾਲਿਆਂ ਨੂੰ ਵੋਟ ਨਾ ਪਾਇਓ ਕਹੋਗੇ ਕਿੱਦਾਂ ਕਹੋਗੇ ਇੱਕ ਵਾਰੀ ਕਹਿ ਕੇ ਦਿਖਾਓਗੇ ਚਲੋ ਵੀ ਮੇਰੇ ਪਿੱਛੇ ਬੋਲਿਓ ਸਾਰੇ ਪਹਿਲਾਂ ਤਾਂ ਹੱਥ ਖੜੇ ਕਰੋ ਸਾਰੇ ਤੁਹਾਨੂੰ ਕੈਮਰੇ 'ਚ ਬੰਦ ਕਰ ਲਈਏ ਇਹ ਤੁਹਾਡੇ ਲਈ ਸੁਨੇਹਾ ਸਾਰੇ ਪਾਸੇ ਜਾਊਗਾ ਹੈ ਨਾ ਅੱਜ ਕੱਲ੍ਹ ਸੋਸ਼ਲ ਮੀਡੀਆ ਬੜਾ ਤਕੜਾ ਜੀ ਅਸੀਂ ਕੋਈ ਪੋਲੀਟੀਕਲ ਗੱਲ ਨਹੀਂ ਕਰ ਰਹੇ ਅਸੀਂ ਚੰਗਾ ਸਮਾਜ ਬਣਾਉਣ ਦੀ ਗੱਲ ਕਰ ਰਹੇ ਹਾਂ ਕਿੱਦਾਂ ਕਹਿਣਾ ਮਾਪਿਆਂ ਨੂੰ ਉੱਚੀ ਬੋਲਿਓ ਪਾਪਾ ਜੀ ਮੰਮਾ ਜੀ ਪੰਚਾਇਤ ਚੋਣਾਂ ਆ ਰਹੀਆਂ ਨੇ ਲਾਲਚ ਵੀ ਦੇਣਗੇ ਬੋਤਲ ਪਿੱਛੇ ਖਰੀਦੇ ਨਹੀਂ ਜਾਣਾ ਪਾਪਾ ਜੀ ਪਿਆਰੇ ਮੰਮਾ ਜੀ ਸਾਡੇ ਸੁਨਹਿਰੀ ਭਵਿੱਖ ਦੀ ਖਾਤਰ ਨਸ਼ੇ ਵੰਡਣ ਵਾਲਿਆਂ ਨੂੰ ਵੋਟ ਨਾ ਪਾਇਓ ਜਿਹੜਾ ਨਸ਼ੇ ਵੰਡੇ ਤੇ ਤੁਸੀਂ ਹੱਥ ਖੜੇ ਕਰਕੇ ਇੱਦਾਂ ਕਹਿਣਾ ਪੈਣ ਉਹਨੂੰ ਡੰਡੇ ਡੰਡੇ ਮੈਂ ਤੁਹਾਰੇ ਜਿਹੜਾ ਨਸ਼ੇ ਵੰਡੇ ਜਿਹੜਾ ਚਿੱਟਾ ਵੰਡੇ ਤੁਸੀਂ ਕਹਿਣਾ ਪੈਰ ਨੂੰ ਡੰਡੇ ਜਿਹੜਾ ਚਿੱਟਾ ਵੰਡੇ ਜਿਹੜਾ ਚਿੱਟਾ ਵੰਡੇ ਸੋ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਹੱਥਾਂ ਨਾਲ ਇੱਕ ਵਾਰੀ ਜੋਰ ਦਾ